ਪੰਜਾਬ ਤੋਂ ਜਰਮਨੀ ਜਾ ਰਹੇ ਨੇ, ਤਾਂ ਜਦੋਂ ਜਰਮਨ ਤੋਂ ਪੰਜਾਬ ਆਏ ਸੀ ਤਾਂ ਉਦੋਂ ਵੀ ਬਾਏ ਰੋਡ ਆਏ ਸੀਗੇ, ਤਾਂ ਹੁਣ ਇਹ ਜਰਮਨ ਵਾਪਸ ਜਾਣ ਦੇ ਲਈ ਦੁਬਾਰਾ ਇਹਨਾਂ ਨੇ ਬਾਏ ਰੋਡ ਜਾਣ ਦਾ ਰਸਤਾ ਜਿਹੜਾ ਉਹ ਤੈਅ ਕੀਤਾ। ਭਾਈ 23 ਸਾਲਾਂ ਤੋਂ ਆ ਹੀ ਰਹੇ ਹਾਂ ਜੀ, ਕਦੇ ਆਈਦਾ ਜਾਈਦਾ, ਪਰ ਇੱਕ ਮਨ ਦੇ ਵਿੱਚ ਸ਼ੌਂਕ ਸੀ ਕਾਫੀ ਦਿਨਾਂ ਦਾ ਕਿ ਬਾਏ ਰੋਡ ਇੱਕ ਵਾਰੀ ਟ੍ਰਿਪ ਕੀਤਾ ਜਾਏ, ਆਪਣਾ ਇੰਡੀਆ ਨੂੰ ਪੰਜਾਬ ਨੂੰ ਜਾਇਆ ਜਾਏ। ਮੈਂ 13 ਨਵੰਬਰ ਨੂੰ ਸ਼ੁਰੂ ਕੀਤੀ ਸੀ ਅਤੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ 'ਤੇ ਨਨਕਾਣਾ ਸਾਹਿਬ ਪਹੁੰਚਣਾ ਸੀ, ਤਾਂ ਅਸੀਂ 25-26 ਤਰੀਕ ਨੂੰ ਨਨਕਾਣਾ ਸਾਹਿਬ ਪਹੁੰਚ ਗਏ ਸੀ। ਬੜਾ ਵੈਸੇ ਵੱਡਾ ਸਟੈਪ ਹੁੰਦਾ ਹੈ ਜਦੋਂ ਇੰਨਾ ਲੰਬਾ ਸਫ਼ਰ ਕਰਨਾ ਹੋਏ, ਤਾਂ ਫਿਰ ਤੁਸੀਂ ਇਕੱਲਿਆਂ ਨੇ ਪਲਾਨ ਬਣਾਇਆ ਕਿ ਜਾਂ ਤੁਹਾਡੇ ਨਾਲ ਆਇਆ ਕੋਈ? ਮੇਰੇ ਨਾਲ ਮੇਰਾ ਇੱਕ ਦੋਸਤ ਆਇਆ ਸੀ ਭੁਪਿੰਦਰ ਸਿੰਘ ਲਵਲੀ, ਪਾਕਿਸਤਾਨ ਤੋਂ, ਤਾਂ ਹੁਣ ਜਦੋਂ ਮੈਂ ਜਾਣਾ ਹੁਣ ਮੈਂ ਇਕੱਲਾ ਹੀ। ਸ਼ੌਂਕ ਹੁੰਦਾ, ਸ਼ੌਂਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ, ਪਰ ਬੜੇ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਵੀ ਹੋਊਗਾ ਕਿ ਬਾਏ ਰੋਡ ਜਾਣਾ ਹੋਏ ਤਾਂ ਕਿੰਨਾ ਕੁ ਖਰਚਾ ਆ ਜਾਂਦਾ। ਰਸਤੇ 'ਚ ਲੋਕ ਮਿਲ ਜਾਂਦੇ ਨੇ, ਕੋਈ ਪੁੱਛਦੇ ਨੇ ਰੋਕ ਕੇ ਫਿਰ? ਹਾਂਜੀ ਬਿਲਕੁਲ, ਕਾਫੀ ਲੋਕ ਨੇ ਜੋ ਇਸ ਚੀਜ਼ਾਂ ਨੂੰ ਲਾਈਕ ਕਰਦੇ ਨੇ, ਟਰੈਵਲ ਨੂੰ ਜਾਂ ਘੁੰਮਣ ਫਿਰਨ ਦੇ ਸ਼ੌਕੀਨ ਆ, ਉਹ ਰੋਕ ਲੈਂਦੇ ਨੇ ਕਈ ਵਾਰੀ ਹਾਏ ਹੈਲੋ ਕਰਨ ਵਾਸਤੇ, ਤਾਂ ਕਾਫੀ ਖੁਸ਼ੀ ਹੁੰਦੀ ਹੈ ਮਿਲ ਕੇ ਉਹਨਾਂ ਨਾਲ ਵੀ। ਮੇਰੇ ਨਾਲ ਧਰਮਿੰਦਰ ਸਿੰਘ ਮੁਲਤਾਨੀ ਇਸ ਵੇਲੇ ਮੌਜੂਦ ਨੇ ਜੋ ਬਾਏ ਰੋਡ ਪੰਜਾਬ ਤੋਂ ਜਰਮਨੀ ਜਾ ਰਹੇ ਨੇ, ਤਾਂ ਜਦੋਂ ਜਰਮਨ ਤੋਂ ਪੰਜਾਬ ਆਏ ਸੀ ਤਾਂ ਉਦੋਂ ਵੀ ਬਾਏ ਰੋਡ ਆਏ ਸੀਗੇ, ਤਾਂ ਹੁਣ ਇਹ ਜਰਮਨ ਵਾਪਸ ਜਾਣ ਦੇ ਲਈ ਦੁਬਾਰਾ ਇਹਨਾਂ ਨੇ ਬਾਏ ਰੋਡ ਜਾਣ ਦਾ ਰਸਤਾ ਜਿਹੜਾ ਉਹ ਤੈਅ ਕੀਤਾ। ਤਾਂ ਇੱਕ ਮੈਪ ਇਹਦੇ ਉੱਪਰ ਬਣਿਆ ਹੋਇਆ ਤੁਹਾਨੂੰ ਦਿਖਾ ਦਿੰਦੇ ਹਾਂ, ਇੰਡੀਆ ਤੋਂ ਜਰਮਨ ਜਾਣ ਦੇ ਲਈ ਜਿਹੜਾ ਇੱਕ ਨਕਸ਼ਾ ਇਹਨਾਂ ਨੇ ਬਣਾਇਆ ਹੋਇਆ, ਇਸ ਰੂਟ ਦੇ ਉੱਪਰੋਂ ਦੀ ਜਾਣਗੇ ਤਾਂ ਉੱਪਰ ਵਾਲਾ ਰਸਤਾ ਇਹਨਾਂ ਨੇ ਚੂਜ਼ ਕੀਤਾ ਜਾਣ ਵਾਸਤੇ ਪਾਕਿਸਤਾਨ, ਰਸ਼ੀਆ, ਪੋਲੈਂਡ ਹੋ ਕੇ ਜਰਮਨ ਤੱਕ ਪਹੁੰਚਣਗੇ। ਤਾਂ ਬਾਈ ਹੁਣੀ ਸਾਡੇ ਨਾਲ ਮੌਜੂਦ ਹੈਗੇ ਨੇ, ਤਾਂ ਗੱਡੀ ਵੀ ਇਹਨਾਂ ਨੇ ਤਿਆਰ ਕੀਤੀ ਹੋਈ ਹੈ ਪੂਰੀ, ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਜਗਬਾਣੀ 'ਤੇ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਆਇਆ ਮਾਇੰਡ ਦੇ ਵਿੱਚ? ਵੈਸੇ ਤਾਂ ਬਹੁਤੇ ਪੰਜਾਬੀ ਜਹਾਜ਼ਾਂ 'ਤੇ ਆਉਂਦੇ ਨੇ ਜਰਮਨ ਤੋਂ ਪੰਜਾਬ 'ਤੇ ਜਦੋਂ ਜਾਂਦੇ ਨੇ, ਤਾਂ ਉਦੋਂ ਵੀ ਜਹਾਜ਼ਾਂ 'ਤੇ ਜਾਂਦੇ ਨੇ, ਗੱਡੀ ਦਾ ਰਸਤਾ ਕਿਵੇਂ ਚੂਜ਼ ਕੀਤਾ ਤੁਸੀਂ? ਦੇਖੋ ਜੀ, ਬਾਏ ਏਅਰ ਤਾਂ 22-23 ਸਾਲਾਂ ਤੋਂ ਆ ਹੀ ਰਹੇ ਹਾਂ ਜੀ, ਕਦੇ ਆਈਦਾ ਜਾਈਦਾ, ਪਰ ਇੱਕ ਮਨ ਦੇ ਵਿੱਚ ਸ਼ੌਂਕ ਸੀ ਕਾਫੀ ਦਿਨਾਂ ਦਾ ਕਿ ਬਾਏ ਰੋਡ ਇੱਕ ਵਾਰੀ ਟ੍ਰਿਪ ਕੀਤਾ ਜਾਏ, ਆਪਣਾ ਇੰਡੀਆ ਨੂੰ ਪੰਜਾਬ ਨੂੰ ਜਾਇਆ ਜਾਏ, ਤਾਂ 2-3 ਸਾਲਾਂ ਤੋਂ ਇਸ ਚੀਜ਼ ਦੀ ਪਲੈਨਿੰਗ ਕਰ ਰਿਹਾ ਸੀ, ਤਾਂ ਜੋ ਇਹਦੇ ਵਾਸਤੇ ਰਿਕੁਆਇਰਮੈਂਟ ਸੀ ਉਹਨਾਂ ਨੂੰ ਪੂਰੀਆਂ ਕਰ ਰਹੇ ਸੀ, ਹੌਲੀ ਹੌਲੀ ਨੌਲੇਜ ਲੈ ਰਹੇ ਸੀ, ਅਤੇ ਫਿਰ ਇੱਕ ਦਿਨ ਮਾਲਕ ਨੇ ਦੇਈ ਦਿੱਤਾ ਕਿ ਚਲੋ ਕਰੋ ਸ਼ੁਰੂ। ਹਾਂਜੀ, ਇਹ ਫਿਰ ਦੇਖਿਆ ਸੀ ਕੋਈ ਗਿਆ ਸੀਗਾ ਤੁਹਾਡੇ ਨੌਨ ਦੇ ਵਿੱਚ ਪਹਿਲਾਂ ਕੋਈ ਆਇਆ ਸੀਗਾ ਬਾਏ ਰੋਡ? ਬਾਏ ਰੋਡ ਤਾਂ ਕਾਫੀ ਲੋਕ ਆ ਚੁੱਕੇ ਨੇ, ਪਰ ਆਪਣੇ ਪੰਜਾਬ ਤੋਂ ਮੇਰੇ ਖਿਆਲ 'ਚ ਕੋਈ ਨਹੀਂ ਇਸ ਤੱਕ ਆਇਆ, ਅਤੇ ਖਾਸ ਕਰਕੇ ਜਰਮਨੀ ਤੋਂ ਮੈਂ ਪਹਿਲਾਂ ਹੀ ਹਾਂ ਸ਼ਾਇਦ, ਬਾਕੀ ਕੈਨੇਡਾ ਤੋਂ, ਅਮੈਰੀਕਾ ਤੋਂ ਤੇ ਆਈ ਚੁੱਕੇ ਨੇ ਲੋਕ, ਪਰ ਵਾਪਸ ਤਾਂ ਗਏ ਨਹੀਂ ਹਜੇ ਤੱਕ, ਇਸ ਚੀਜ਼ ਦਾ ਪਤਾ ਨਹੀਂ। ਅੱਛਾ, ਕਈ ਵਾਰੀ ਬੰਦਾ ਆ ਜਾਂਦਾ ਜਾਂ ਇੱਕ ਵਾਰ ਚਲਾ ਜਾਂਦਾ, ਤਾਂ ਉਸ ਤੋਂ ਬਾਅਦ ਇੱਕ ਰਸਤਾ ਜਿਹੜਾ ਪਲੇਨ ਤੇ ਤੈਅ ਕਰਦੇ ਨੇ, ਇੱਕ ਬਾਏ ਰੋਡ, ਤੁਸੀਂ ਦੋਨੋਂ ਕਰੇ? ਹਾਂਜੀ ਬਿਲਕੁਲ ਜੀ, ਮੈਂ ਆਇਆ ਵੀ ਗੱਡੀ ਤੇ ਸੀ ਤੇ ਜਾਣਾ ਵੀ ਵਾਪਸ ਗੱਡੀ ਤੇ ਹੀ ਹੈ। ਹਾਂ ਬਿਲਕੁਲ। ਕਦੋਂ ਤੁਸੀਂ ਸ਼ੁਰੂ ਕੀਤੀ ਸੀਗੀ ਜਰਮਨ ਤੋਂ ਇਹ ਜਰਨੀ ਪੰਜਾਬ ਦੇ ਲਈ? ਜੀ, ਮੈਂ 13 ਨਵੰਬਰ ਨੂੰ ਸ਼ੁਰੂ ਕੀਤੀ ਸੀ ਤੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਨਨਕਾਣਾ ਸਾਹਿਬ ਪਹੁੰਚਣਾ ਸੀ, ਤਾਂ ਅਸੀਂ 25-26 ਤਰੀਕ ਨੂੰ ਨਨਕਾਣਾ ਸਾਹਿਬ ਪਹੁੰਚ ਗਏ ਸੀ, ਤਾਂ ਉਸ ਤੋਂ ਬਾਅਦ ਮੈਂ ਕਾਫੀ ਦਿਨ ਪਾਕਿਸਤਾਨ ਰਿਹਾ ਆਪਣੇ ਦੋਸਤ ਕੋਲ, ਤਾਂ ਉਸ ਤੋਂ ਬਾਅਦ ਮੈਂ ਇੰਡੀਆ ਆਇਆ ਸੀ, ਹੁਣ ਫਿਰ ਇੰਡੀਆ ਰਹਿ ਕੇ ਤਾਂ ਵਾਪਸੀ ਅੱਜ ਕਰ ਰਹੇ ਹਾਂ। ਕਿੰਨੇ ਦਿਨ ਲੱਗ ਗਏ ਸੀਗੇ ਆਉਂਦਿਆਂ? ਆਉਂਦਿਆਂ 15 ਦਿਨ ਲੱਗ ਗਏ ਸੀ। ਅੱਛਾ, 15 ਦਿਨਾਂ ਦੇ ਵਿੱਚ ਰਸਤਾ ਤੈਅ ਕੀਤਾ। ਇਹ ਫਿਰ ਜਿਹੜੀਆਂ ਕੰਟਰੀਆਂ ਦੇ ਵਿੱਚੋਂ ਨਿਕਲਣਾ ਤੁਸੀਂ, ਇਹਨਾਂ ਦਾ ਵੀ ਵੀਜ਼ਾ ਲਿਆ ਫਿਰ? ਹਾਂਜੀ, ਮੇਰੇ ਕੋਲ ਯੂਰਪੀਅਨ ਨੈਸ਼ਨੈਲਿਟੀ ਹੈ, ਤਾਂ ਮੈਨੂੰ ਸਿਰਫ ਇਰਾਨ ਔਰ ਪਾਕਿਸਤਾਨ ਦੀ ਵੀਜ਼ੇ ਦੀ ਜ਼ਰੂਰਤ ਪਈ ਸੀ, ਬਾਕੀ ਨਹੀਂ।
ਇਹ ਗੱਡੀ ਬੜੀ ਸ਼ਾਨਦਾਰ ਤੁਸੀਂ ਤਿਆਰ ਕਰਵਾਈ ਹੋਈ ਹੈ, ਤਾਂ ਇਹ ਕਿਹੜੀ ਹੈ, ਪਜੈਰੋ ਇਹ? ਹਾਂਜੀ ਇਹ ਪਜੈਰੋ ਕਲਾਸਿਕ ਹੈ ਜੀ। ਅੱਛਾ, ਇਹ ਫਿਰ ਉਧਰੋਂ ਹੀ ਲਈ ਸੀਗੀ ਤੁਸੀਂ? ਹਾਂਜੀ ਉੱਥੋਂ ਲਿੱਤੀ ਸੀ, ਤੇ ਬਾਕੀ ਸਾਰੀ ਮੋਡੀਫਿਕੇਸ਼ਨ ਮੈਂ ਇੱਥੇ ਇੰਡੀਆ ਆ ਕੇ ਕਰਵਾਈ ਹੈ ਜੀ। ਇਹਦਾ ਸਟੀਅਰਿੰਗ ਵੀ ਦੂਜੀ ਸਾਈਡ ਤੇ? ਹਾਂਜੀ ਲੈਫਟ ਤੇ। ਹਾਂ ਇਹ ਉਧਰ ਹੀ ਸੀਗਾ? ਹਾਂਜੀ ਬਿਲਕੁਲ। ਇਹ ਫਿਰ ਭੁਲੇਖਾ ਨਹੀਂ ਪੈਂਦਾ ਇੱਧਰ ਆ ਕੇ? ਨਹੀਂ ਕੋਈ ਖਾਸ ਭੁਲੇਖਾ ਨਹੀਂ ਪਿਆ, ਬਸ ਠੀਕ ਹੈ ਚੱਲੀ ਜਾਂਦਾ। ਅੱਛਾ, ਜਿਵੇਂ ਇਹ ਗੱਡੀ ਵੇਖਣ ਨੂੰ ਵੈਸੇ ਬੜੀ ਵਧੀਆ ਲੱਗ ਰਹੀ ਹੈ, ਤਾਂ ਜਿਵੇਂ ਇਹ ਸਾਰੀ ਬਲੈਕ ਕੀਤੇ ਹੋਏ ਨੇ ਸ਼ੀਸ਼ੇ, ਇਹ ਫਿਰ ਤੁਸੀਂ ਪਰਮਿਸ਼ਨ ਰੱਖੀ ਹੋਈ ਹੈ? ਬਾਹਰ ਤਾਂ ਪਰਮਿਸ਼ਨ ਦੀ ਲੋੜ ਨਹੀਂ, ਕਿਉਂਕਿ ਬਲੈਕ ਹੀ ਚੱਲਦੇ ਆ ਜਾਂ ਨਹੀਂ ਕਰਾਉਣੇ ਆਪਣੀ ਮਰਜ਼ੀ ਹੈ, ਬਾਕੀ ਇੰਡੀਆ ਦੇ ਵਿੱਚ ਇੱਥੇ ਚਲਾਨ ਕਰਦੇ ਨੇ, ਬਾਕੀ ਐਸਾ ਤਾਂ ਕੁਛ ਨਹੀਂ। ਬਾਰਿਸ਼ ਰੋਕਦੇ ਨੇ ਕਈ ਵਾਰੀ ਪੁਲਿਸ ਵਾਲੇ ਗੱਡੀ, ਕਿਉਂਕਿ ਸਟੀਅਰਿੰਗ ਵੀ ਦੂਜੀ ਸਾਈਡ ਹੈ? ਬਿਲਕੁਲ ਰੋਕਿਆ ਸੀ ਇੱਕ ਦੋ ਵਾਰੀ ਪੁਲਿਸ ਵਾਲਿਆਂ ਨੇ, ਤਾਂ ਫਿਰ ਉਹ ਡਾਕੂਮੈਂਟ ਵਗੈਰਾ ਚੈੱਕ ਕਰਕੇ ਫਿਰ ਉਹਨਾਂ ਨੇ ਕਿਹਾ ਜਾਓ, ਕਿਉਂਕਿ ਫੋਰਨ ਦੀ ਗੱਡੀ ਹੈ, ਕਹਿੰਦੇ ਕੋਈ ਗੱਲ ਨਹੀਂ। ਅੱਛਾ, ਬੜਾ ਵੈਸੇ ਵੱਡਾ ਸਟੈਪ ਹੁੰਦਾ ਹੈ ਜਦੋਂ ਇੰਨਾ ਲੰਬਾ ਸਫ਼ਰ ਕਰਨਾ ਹੋਏ, ਤਾਂ ਫਿਰ ਤੁਸੀਂ ਇਕੱਲਿਆਂ ਨੇ ਪਲਾਨ ਬਣਾਇਆ ਕਿ ਜਾਂ ਤੁਹਾਡੇ ਨਾਲ ਆਇਆ ਕੋਈ? ਮੇਰੇ ਨਾਲ ਮੇਰਾ ਇੱਕ ਦੋਸਤ ਆਇਆ ਸੀ ਭੁਪਿੰਦਰ ਸਿੰਘ ਲਵਲੀ, ਪਾਕਿਸਤਾਨ ਤੋਂ, ਤਾਂ ਹੁਣ ਜਦੋਂ ਮੈਂ ਜਾਣਾ ਹੁਣ ਮੈਂ ਇਕੱਲਾ ਹੀ। ਅੱਛਾ, ਹੁਣ ਤੁਸੀਂ ਇਕੱਲੇ ਜਾਣਾ? ਬਿਲਕੁਲ। ਫਿਰ ਜਦੋਂ ਫੈਮਿਲੀ ਦੇ ਨਾਲ ਸਲਾਹ ਮਸ਼ਵਰਾ ਕੀਤਾ, ਤਾਂ ਇੱਕ ਵਾਰ ਤਾਂ ਫੈਮਿਲੀ ਦੇ ਮਨ 'ਚ ਵੀ ਡਰ ਹੁੰਦਾ ਕਿ ਕਿਉਂ ਏਡਾ ਸਟੈਪ ਲੈਣਾ ਇਕੱਲੇ? ਬਿਲਕੁਲ ਜੀ, ਮੇਰੀ ਮੰਮੀ ਨੇ ਜੋ ਹੋਰ ਸਿਸਟਰ ਨੇ ਉਹ ਤਾਂ ਕਾਫੀ ਇਸ ਚੀਜ਼ ਨੂੰ ਲੈ ਕੇ ਉਹ ਸੀ ਵੀ ਤੁਸੀਂ ਇਕੱਲੇ ਜਾਣਾ ਹੁਣ ਵਾਪਸ ਆਉਂਦੇ ਹੋਏ, ਤਾਂ ਚਲੋ ਮੇਰਾ ਦੋਸਤ ਸੀ ਨਾਲ, ਹੁਣ ਇਕੱਲੇ ਹਾਂ, ਬਾਕੀ ਕੋਈ ਨਹੀਂ, ਚਲੋ ਪਰਮਾਤਮਾ। ਸਵਾਲ ਬੜੇ ਚੱਲਦੇ ਹੁੰਦੇ ਨੇ ਕਿ ਫਲਾਣੀ ਕੰਟਰੀ ਦੇ ਵਿੱਚੋਂ ਨਿਕਲਣਾ, ਪਤਾ ਨਹੀਂ ਕਿਹੋ ਜਿਹਾ ਰਸਤਾ ਹੋਏਗਾ ਜਾਂ ਕਿਹੋ ਜਿਹੇ ਲੋਕ ਮਿਲਣਗੇ, ਇਹ ਚੀਜ਼ਾਂ ਚੱਲਦੀਆਂ ਸੀ ਨਾਲ ਦੀ ਨਾਲ? ਹਾਂਜੀ, ਖਾਸ ਕਰਕੇ ਜਿੱਦਾਂ ਈਰਾਨ ਦੇ ਵਿੱਚ ਥੋੜ੍ਹਾ ਜਿਹਾ ਬੰਦੇ ਨੂੰ ਸੋਚ ਆਉਂਦੀ ਹੈ, ਕਿਉਂਕਿ ਈਰਾਨ ਤੋਂ ਕੰਟਰੀ ਤੋਂ ਥੋੜ੍ਹਾ ਜਿਹਾ ਲੋਕ ਡਰਦੇ ਹੀ ਆ ਜਿੱਦਾਂ, ਪਰ ਐਸਾ ਕੋਈ ਇਸ਼ੂ ਨਹੀਂ ਹੈਗਾ, ਸਾਰੇ ਕੰਟਰੀਆਂ ਨੋਰਮਲ ਨੇ, ਕੋਈ ਡਰਨ ਦੀ ਲੋੜ ਨਹੀਂ, ਤੁਸੀਂ ਬੇਤੜਕ ਹੋ ਕੇ ਜਾ ਸਕਦੇ ਹੋ ਕਿਸੇ ਕੰਟਰੀ 'ਚ ਵੀ, ਪਾਕਿਸਤਾਨ, ਈਰਾਨ, ਤੁਰਕੀ ਜਾਂ ਰਸ਼ੀਆ, ਐਸਾ ਕੋਈ ਇਸ਼ੂ ਨਹੀਂ। ਰਸਤੇ 'ਚ ਸਟੇਅ ਕਿੱਥੇ ਕਰਦੇ ਫਿਰ, ਹੋਟਲ ਲੈਂਦੇ ਹੋ ਕਿ ਜਾਂ ਗੱਡੀ 'ਚ? ਨਹੀਂ ਜੀ, ਆਉਂਦੀ ਵਾਰੀ ਤਾਂ ਹੋਟਲ ਲਿੱਤੇ ਸੀ, ਅਤੇ ਜਾਂਦੀ ਵਾਰੀ ਵੀ ਹੁਣ ਹੋਟਲ ਦੀ ਹੈ ਪਲੈਨਿੰਗ, ਪਰ ਜਿੱਥੇ ਕੋਈ ਪ੍ਰੋਬਲਮ ਆਈ, ਹੋਟਲ ਨਾ ਮਿਲੇ ਜਾਂ ਕਿੱਦਾਂ, ਫਿਰ ਆਪਣੇ ਕੋਲ ਇੰਤਜ਼ਾਮ ਹੈਗਾ। ਵੈਸੇ ਤਾਂ ਕਹਿੰਦੇ ਸ਼ੌਂਕ ਹੁੰਦਾ, ਸ਼ੌਂਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ, ਪਰ ਬੜੇ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਵੀ ਹੋਊਗਾ ਕਿ ਬਾਏ ਰੋਡ ਜਾਣਾ ਹੋਏ ਤਾਂ ਕਿੰਨਾ ਕੁ ਖਰਚਾ ਆ ਜਾਂਦਾ? ਤਕਰੀਬਨ ਮੇਰਾ ਆਪਾਂ ਆਉਣ ਔਰ ਜਾਣ ਦਾ 10 ਔਰ 15 ਦੇ ਵਿੱਚ ਹੋ ਜਾਏਗਾ ਖਰਚਾ, 10-15 ਲੱਖ ਦਾ। ਇਹ ਫਿਰ ਜਿਵੇਂ 15 ਕੁ ਦਿਨ ਤੁਹਾਨੂੰ ਹੁਣ ਮੈਨੂੰ ਲੱਗਦਾ ਦੁਬਾਰਾ ਲੱਗਣਗੇ ਜਾਣ ਤੇ, ਕਿ ਜਾਂ ਹੁਣ ਜਾਂਦੇ ਸਮਾਂ ਵੱਧ ਲੱਗੂ? ਥੋੜ੍ਹਾ ਜਿਹਾ ਜ਼ਿਆਦਾ ਲੱਗੇਗਾ। ਇਹ ਫਿਰ ਜ਼ਿਆਦਾ ਸਟੇਅ ਹੋਊ? ਹਾਂਜੀ, ਕਿਉਂਕਿ ਰਸ਼ੀਆ ਕਾਫੀ ਵੱਡਾ ਨਾ, ਇਸ ਕਰਕੇ ਥੋੜ੍ਹਾ ਟਾਈਮ ਲੱਗ ਜਾਏਗਾ। ਜਿਵੇਂ ਤੁਸੀਂ ਆਏ ਹੋ, ਜਿਵੇਂ ਈਰਾਨ ਦੀ ਗੱਲ ਕੀਤੀ ਹੈ, ਤਾਂ ਕੋਈ ਹੁੰਦਾ ਇੱਦਾਂ ਦਾ ਕਿ ਜਾਂ ਸਿਰਫ ਇਹ ਡਰ ਹੀ ਹੈ ਕਿ ਜਾਂ ਵਾਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਜਗ੍ਹਾ ਤੇ? ਨਹੀਂ, ਐਸੀ ਤਾਂ ਕੋਈ ਪ੍ਰੋਬਲਮ ਨਹੀਂ ਆਈ, ਪਰ ਥੋੜ੍ਹਾ ਬਹੁਤਾ ਡਰ ਤਾਂ ਹੈ ਹੀ ਹੈ ਜੀ। ਦੇਖੋ, ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਕਿ ਬੇਗਾਨੀ ਕੰਟਰੀ, ਦਿਲ ਦਾ ਵਿੱਚ ਤਾਂ ਥੋੜ੍ਹਾ ਜਿਹਾ ਡਰ ਰਹਿੰਦਾ ਹੀ ਹੈ, ਪਰ ਐਸਾ ਕੋਈ ਇਸ਼ੂ ਨਹੀਂ। ਵੈਸੇ ਤਿਆਰੀ ਕੀ ਕੀ ਕਰਦੇ ਹੋ ਫਿਰ ਨਾਲ? ਸਭ ਕੁਛ ਹੀ ਹੈ ਜੀ, ਖਾਣਾ ਪੀਣਾ ਹਰ ਚੀਜ਼ ਨਾਲ ਲੈ ਕੇ ਤੁਰੇ ਹਾਂ। ਹਾਂਜੀ, ਕਿਤੇ ਵੀ ਜ਼ਰੂਰਤ ਪਵੇ ਤਾਂ ਆਪ ਕੁਕਿੰਗ ਵੀ ਕਰ ਸਕਦੇ ਹਾਂ। ਅੱਛਾ, ਇਹ ਫਿਰ ਸਾਰਾ ਸਿਸਟਮ ਤੁਸੀਂ ਗੱਡੀ 'ਚ ਬਣਾਇਆ ਹੋਇਆ? ਬਿਲਕੁਲ, ਪਿੱਛੇ ਬਣਾਇਆ ਹੋਇਆ ਸਾਰਾ ਸਿਸਟਮ, ਬੈੱਡ ਵੀ ਲੱਗਾ ਹੋਇਆ? ਬੈੱਡ ਵੀ ਲੱਗਾ ਹੋਇਆ। ਇਹ ਫਿਰ ਜਿਵੇਂ ਤੁਸੀਂ ਜਰਮਨ ਤੋਂ ਪੰਜਾਬ ਆਏ, ਇਹ ਪਹਿਲੀ ਰਾਈਡ ਸੀਗੀ ਕਿ ਜਾਂ ਉਸ ਤੋਂ ਪਹਿਲਾਂ ਵੀ ਕਿਤੇ ਗਏ ਸੀਗੇ? ਇੰਡੀਆ ਦੀ ਤਾਂ ਪਹਿਲੀ ਵਾਰੀ ਸੀ, ਬਾਕੀ ਯੂਰਪ ਤਾਂ ਸਾਰਾ ਘੁੰਮਿਆ ਜੀ, ਬਾਏ ਰੋਡ ਟ੍ਰਿਪ ਕੀਤੇ ਹੋਏ ਆ ਕਾਫੀ ਮੈਂ, ਔਰ ਮੇਰੇ ਚੈਨਲ ਤੇ ਵੀ ਹੈਗੇ ਨੇ, ਜਿੱਦਾਂ ਮੁਲਤਾਨੀ ਮੇਰਾ ਸਫ਼ਰ ਤੇ, ਇਹ ਸਾਰੇ ਜੋ ਬਲੌਗ ਨੇ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਦੇਖਣਾ ਹੋਵੇ ਤਾਂ। ਅੱਛਾ, ਜਿਵੇਂ ਇਹ ਤੁਸੀਂ ਵੈਸੇ ਤਾਂ ਮੈਪ ਵਾਇਆ ਹੋਇਆ, ਨਾਲ ਇਹਦੇ ਉੱਪਰ ਲਿਖਿਆ ਹੋਇਆ ਜਰਮਨ ਟੂ ਇੰਡੀਆ, ਇੰਡੀਆ ਟੂ ਜਰਮਨੀ, ਤਾਂ ਰਸਤੇ 'ਚ ਲੋਕ ਮਿਲ ਜਾਂਦੇ ਨੇ, ਕੋਈ ਪੁੱਛਦੇ ਨੇ ਰੋਕ ਕੇ ਫਿਰ? ਹਾਂਜੀ ਬਿਲਕੁਲ, ਕਾਫੀ ਲੋਕ ਨੇ ਜੋ ਇਸ ਚੀਜ਼ ਦੇ ਇਸ ਚੀਜ਼ਾਂ ਨੂੰ ਲਾਈਕ ਕਰਦੇ ਨੇ, ਟਰੈਵਲ ਨੂੰ ਜਾਂ ਘੁੰਮਣ ਫਿਰਨ ਦੇ ਸ਼ੌਕੀਨ ਆ, ਉਹ ਰੋਕ ਲੈਂਦੇ ਨੇ ਕਈ ਵਾਰੀ ਹਾਏ ਹੈਲੋ ਕਰਨ ਵਾਸਤੇ, ਤਾਂ ਕਾਫੀ ਖੁਸ਼ੀ ਹੁੰਦੀ ਹੈ ਮਿਲ ਕੇ ਉਹਨਾਂ ਨਾਲ ਵੀ। ਕਿੰਨਾ ਸਮਾਂ ਪਹਿਲਾਂ ਗਏ ਸੀਗੇ ਤੁਸੀਂ ਇੱਥੋਂ ਪੰਜਾਬ ਤੋਂ ਜਰਮਨੀ? ਜੀ, ਮੈਂ 99 'ਚ ਗਿਆ ਸੀ। ਅੱਛਾ, ਹਾਂਜੀ। ਉੱਥੇ ਫਿਰ ਤੁਸੀਂ ਕੀ ਬਿਜ਼ਨਸ ਕਰਦੇ ਹੋ? ਆਪਣਾ ਰੈਸਟੋਰੈਂਟ ਦਾ ਬਿਜ਼ਨਸ ਹੈ ਭਾਈ। ਠੀਕ ਹੈ, ਹਾਂਜੀ। ਇਹ ਫਿਰ ਸ਼ੌਂਕ ਮੈਨੂੰ ਲੱਗਦਾ ਸ਼ੁਰੂ ਤੋਂ ਹੀ ਹੋਣਾ, ਜਿਹੜਾ ਇਹ ਡ੍ਰੀਮ ਕਦੋਂ ਦਾ ਦੇਖਿਆ ਸੀਗਾ?
ਡ੍ਰੀਮ ਤੇ ਦੇ ਕਾਫੀ ਦੇਰ ਦਾ ਹੀ ਸੀ, ਘੁੰਮਣ ਦਾ ਸ਼ੌਂਕ ਤਾਂ ਬਹੁਤ ਜ਼ਿਆਦਾ ਸੀ, ਇਸ ਕਰਕੇ ਪਲੈਨਿੰਗ ਕੀਤੀ ਹੋਈ ਸੀ ਘੁੰਮਣ ਦੀ। ਠੀਕ ਹੈ ਬਾਈ ਜੀ, ਧੰਨਵਾਦ। ਤਾਂ ਇਹ ਧਰਮਿੰਦਰ ਸਿੰਘ ਮੁਲਤਾਨੀ ਹੈਗੇ ਨੇ ਜਿਹੜੇ ਪੰਜਾਬ ਤੋਂ ਜਰਮਨ ਜਾ ਰਹੇ ਨੇ, ਤਾਂ ਫਤਿਹਗੜ੍ਹ ਸਾਹਿਬ ਤੋਂ ਇਹ ਬਿਲੋਂਗ ਕਰਦੇ ਨੇ, ਤਾਂ ਫਤਿਹਗੜ੍ਹ ਸਾਹਿਬ ਤੋਂ ਆਏ ਨੇ, ਤਾਂ ਇਸ ਵੇਲੇ ਜਲੰਧਰ ਦੇ ਵਿੱਚ ਰੁਕੇ ਹੋਏ ਸੀਗੇ ਜਿੱਥੇ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਤਾਂ ਪਜੈਰੋ ਇਹ ਗੱਡੀ ਹੈਗੀ ਹੈ ਜਿਹੜੀ ਇਹਨਾਂ ਨੇ ਮੋਡੀਫਾਈ ਕਰਵਾਈ ਹੋਈ ਹੈ, ਤਾਂ ਦੂਜੇ ਪਾਸੇ ਹੀ ਇਹਦਾ ਸਟੀਅਰਿੰਗ ਹੈਗਾ, ਤਾਂ ਜਰਮਨ ਤੋਂ ਇਹਨਾਂ ਨੇ ਗੱਡੀ ਲਈ ਸੀਗੀ ਤਾਂ ਉਹਨੂੰ ਇੱਥੇ ਆ ਕੇ ਮੋਡੀਫਾਈ ਇਹਨਾਂ ਨੇ ਕਰਵਾਇਆ। ਤਾਂ ਜਰਮਨ ਤੋਂ ਪਹਿਲਾਂ ਪੰਜਾਬ ਆਏ ਸੀਗੇ ਇਹ, ਤਾਂ ਹੁਣ ਪੰਜਾਬ ਤੋਂ ਜਿਹੜੇ ਨੇ ਉਹ ਜਰਮਨੀ ਜਾ ਰਹੇ ਨੇ। ਤਾਂ ਸ਼ੌਂਕ ਹੈਗਾ ਇੱਕ ਬੱਸ ਇਹਨਾਂ ਨੂੰ ਕਿ ਬਾਏ ਪਲੇਨ ਜਿਹੜੇ ਸੀਗੇ ਕਹਿੰਦੇ ਸੀਗੇ ਕਿ ਬੜੇ ਸਾਲਾਂ ਤੋਂ ਆ ਰਹੇ ਸੀਗੇ, ਤਾਂ ਬੜਾ ਸਮਾਂ ਹੋ ਗਿਆ ਸੀਗਾ, 20-22 ਸਾਲ ਇਹਨਾਂ ਨੂੰ ਹੋ ਗਏ ਨੇ ਜਰਮਨੀ ਦੇ ਵਿੱਚ, ਤਾਂ ਹਰ ਵਾਰ ਕਹਿੰਦੇ ਪਲੇਨ ਤੇ ਆਉਂਦੇ ਸੀਗੇ, ਤਾਂ ਇਸ ਵਾਰ ਸੋਚਿਆ ਕਿ ਗੱਡੀ ਦੇ ਉੱਪਰ ਆਈਏ, ਤਾਂ ਸ਼ੌਂਕ ਹੈ, ਸ਼ੌਂਕ ਪੁਗਾ ਰਹੇ ਨੇ ਧਰਮਿੰਦਰ ਸਿੰਘ ਮੁਲਤਾਨੀ। ਕੈਮਰਾਮੈਨ ਸਤਨਾਮ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ ਟੀਵੀ।